ਜ਼ਿਲ੍ਹੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿਮਰਨਜੀਤ ਸਿੰਘ ਬੈਂਸ ਨੂੰ ਇਹ ਬਾਲ ਮਹਿੰਗੇ ਪੈ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ 4 ਸਤੰਬਰ ਨੂੰ ਬਟਾਲਾ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਧਮਾਕੇ ਦੇ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਕਰਕੇ MLA ਸਿਮਰਨਜੀਤ ਸਿੰਘ ਬੈਂਸ ਬਟਾਲਾ ਵਿਖੇ ਜ਼ਖਮੀਆਂ ਦਾ ਪਤਾ ਲੈਣ ਆਏ ਸੀ। ਇਸ ਸਬੰਧੀ ਸਿਮਰਨਜੀਤ ਸਿੰਘ ਬੈਂਸ ਜ਼ਿਲ੍ਹਾ ਗੁਰਦਾਸਪੁਰ ਦੇ DC ਵਿਪਲ ਉਲਝਣ ਨੂੰ ਮਿਲਣ ਪਹੁੰਚੇ ਅਤੇ ਕਿਸੇ ਗੱਲ ਨੂੰ ਲੈ ਕੇ ਸਿਮਰਨਜੀਤ ਸਿੰਘ ਬੈਂਸ ਨੇ ਜ਼ਿਲ੍ਹਾ ਗੁਰਦਾਸਪੁਰ ਦੇ DC ਵਿਪਲ ਉਜਲ ਨੂੰ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਦਿਆਂ ਇਹ ਕਿਹਾ। ਫੋਟੋ ਨਿਊਜ਼ ਪੇਪਰ ਛਪੀ ਹੋਈ ਹੈ ਸਾਹਿਬ, ਜੀ ਸਾਹਿਬ ਮੈਂ ਉਹਨਾਂ ਦੇ ਨਾਲ ਗੱਲ ਕਰ ਲੈਣਾ, ਮੈਂ ਜਿਹੜੀ ਗੱਲ ਕਰਨਾ ਪਹਿਲਾਂ ਉਹਦੇ ਨਾਲ ਗੱਲ ਕਰਨਾ, ਪਹਿਲਾਂ ਤੂੰ ਆਨਲਾਈਨ ਇਨਸਰਟ ਕਰਦਾ ਸਾਰਿਆਂ ਨੂੰ, ਮੈਂ ਕੀ ਇਨਸਰਟ ਕੀਤਾ, ਬਾਹਰ ਚਲੋ ਸਾਰਿਆਂ ਨੇ ਕੀ ਗਾ ਵੀ ਇਹ ਤੇਰੇ ਬਾਪ ਦਾ ਆਫਿਸ ਹੈਗਾ ਵੀ ਤੂੰ ਸਾਰਿਆਂ ਨੂੰ ਬਾਹਰ ਕੱਢਦਾ ਪਹਿਲਾਂ ਐਂ ਦੱਸ। ਇਹ ਭੱਦੀ ਸ਼ਬਦਾਵਲੀ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲਦਾਰ ਪਟਵਾਰੀ ਤੇ DC ਦਫ਼ਤਰ ਦੇ ਸਟਾਫ ਯੂਨੀਅਨ ਨੇ ਕਲਮ ਛੋੜ ਹੜਤਾਲ ਕੀਤੀ ਹੈ। ਉਹਨਾਂ ਮੰਗ ਕੀਤੀ ਹੈ ਕਿ ਸਿਮਰਜੀਤ ਸਿੰਘ ਬੈਂਸ ਉੱਪਰ FIR ਜਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਅਤੇ ਉਹਨਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ FIR ਨਾ ਦਰਜ ਹੋਈ ਤਾਂ ਅਸੀਂ ਕਲਮ ਛੋੜ ਹੜਤਾਲ ਕਰਾਂਗੇ। ਪਿੱਛੇ ਜੀ ਘਟਨਾ ਹੋਈ ਹੜਤਾਲੀ ਵਿੱਚ, ਪਟਾਕਾ ਫੈਕਟਰੀ ਵਿੱਚ ਦੁਰਘਟਨਾ ਹੋਈ, ਉਹਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਔਰ ਉਸ ਦੁੱਖ ਦੀ ਘੜੀ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਤੁਰੰਤ ਜਿਹੜੇ ਉੱਥੇ ਮੌਕੇ 'ਤੇ ਪਹੁੰਚ ਕੇ ਰਿਲੀਫ ਲਈ ਸੀ ਲੋਕਾਂ ਨੂੰ ਉੱਥੇ ਕੱਢਣਾ, ਸਾਰਾ ਉਹਨਾਂ ਨੂੰ ਮੈਡੀਕਲ ਏਡ ਦੇਣੀ ਵਾਸਤੇ ਮੌਕੇ 'ਤੇ ਪਹੁੰਚੇ ਔਰ ਸਾਰਾ NDRF ਟੀਮ ਨੂੰ ਬੁਲਾਇਆ ਗਿਆ, ਬੁਲਾ ਕੇ ਉੱਥੇ ਕਾਰਵਾਈ ਕੀਤੀ ਗਈ ਅਤੇ ਸਾਨੂੰ ਸਭ ਨੂੰ ਬਹੁਤ ਹੀ ਇਸ ਗੱਲ ਘਟਨਾ ਦਾ ਦੁੱਖ ਹੈ ਔਰ ਉਸ ਤੋਂ ਜ਼ਿਆਦਾ ਘਟਨਾ ਦੁੱਖ ਇਸ ਗੱਲ ਦਾ ਹੈ ਕਿ ਡਿਪਟੀ ਕਮਿਸ਼ਨਰ ਸਾਹਿਬ ਜੋ ਬਹੁਤ ਹੀ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਸੀ, ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆ ਕੇ ਉਹਨਾਂ ਦੇ ਨਾਲ ਬਹੁਤ ਹੀ ਗਲਤ ਜਿਹੜੀ ਹੈ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਨਿੱਜੀ ਹਮਲੇ ਕੀਤੇ, ਇਸ ਗੱਲ ਦਾ ਬਹੁਤ ਹੀ ਅਸੀਂ ਜਿਹੜੇ ਹੈਗੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਸਾਰੇ ਹੀ ਮੁਲਾਜ਼ਮ ਜਥੇਬੰਦੀਆਂ ਇਸ ਗੱਲ ਦੀਆਂ ਨਿਖੇਧੀ ਕਰਦੀਆਂ ਹਨ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਨਾਲ ਬਹੁਤ ਹੀ ਗਲਤ, ਉਹਨਾਂ ਦੀ ਡਿਊਟੀ ਦੌਰਾਨ ਜਦੋਂ ਉਹ ਕੰਮ ਕਰ ਰਹੇ ਨੇ ਬਹੁਤ ਮਿਹਨਤ ਦੇ ਨਾਲ ਦੁੱਖ ਦੀ ਘੜੀ ਵੀ ਸਾਰੀ NDRF ਟੀਮ ਸਿਵਲ ਹੋਸਪਿਟਲ ਹੋਰ ਟੀਮਾਂ ਨੂੰ ਨਾਲ ਲੈ ਕੇ ਕੰਮ ਕਰ ਰਹੇ ਸੀ ਤਾਂ ਉਹਨਾਂ ਨੇ ਆ ਕੇ ਉਹਨਾਂ ਦੇ ਕੰਮ ਵਿੱਚ ਵਿਘਨ ਪਾਇਆ ਔਰ ਉਹਨਾਂ ਨੂੰ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਜਦ ਤੱਕ ਉਸ ਵਿਧਾਇਕ ਦੇ ਖਿਲਾਫ਼ ਜਿਹੜੀ ਹੈ ਕਾਰਵਾਈ ਨਹੀਂ ਹੁੰਦੀ ਔਰ ਉਹਦੇ ਖਿਲਾਫ਼ ਪਰਚਾ ਨਹੀਂ ਦਰਜ ਹੁੰਦਾ, ਇਹ ਫੈਸਲਾ ਹੋਇਆ ਸਰਬਸੰਮਤੀ ਨਾਲ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਹੀ ਰੈਵਨਿਊ ਆਫਿਸਰਸ ਕਾਨੂੰਗੋ ਐਸੋਸੀਏਸ਼ਨ ਅਟਵਾਰ ਨਿੰਗ ਔਰ ਜਿਹੜਾ ਕਲੈਰੀਕਲ ਸਟਾਫ ਮਿਨਿਸਟਰ ਸਟਾਫ ਹੈਗਾ ਸਾਡਾ ਉਹ ਸੋਮਵਾਰ ਨੂੰ ਜਿਹੜਾ ਹੈਗਾ ਕਲਮ ਛੋੜ ਹੜਤਾਲ ਕਰੇਗਾ ਔਰ ਸਾਰੇ ਹੀ ਜਿਹੜੇ ਹੈਗੇ ਦਫ਼ਤਰਾਂ ਵਿੱਚ ਜਿਹੜਾ ਹੈਗਾ ਉਪਾਲੇ ਲਾਏ ਜਾਣਗੇ, ਕੰਮ ਨਹੀਂ ਕੀਤਾ ਜਾਏਗਾ ਜਦ ਤੱਕ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਸਿਮਰਨਜੀਤ ਸਿੰਘ ਬੈਂਸ 'ਤੇ ਕੀ ਕਾਰਵਾਈ ਕਰਦਾ ਹੈ। ਬਿਊਰੋ ਨਿਊਜ਼ ਲਾਈਟ ਆਫ ਨੇਸ਼ਨ ਗੁਰਦਾਸਪੁਰ। ਦਿਸ ਇਜ਼ ਏ 7 ਲਾਈਨਸ ਕਰੋ ਐਂਡ ਯੂ ਵਾਚਿੰਗ ਲਾਈਟ ਆਫ ਨੇਸ਼ਨ। ਆਪ ਦੇਖ ਰਹੇ ਹੈ ਲੌਂਡ ਨਿਊਜ਼।